ਭੋਲੇ, ਆਪਣੀ ਜੇ ਨਵੀਂ ਗੱਡੀ ਆਈ ਨਾ ਇਮੇਜ, ਹਾਂ ਇਮੇਜ ਜਿਹੜੀ ਨਵੀਂ ਆਈ ਨਾ, ਉਹ ਚ ਨੈਵੀਗੇਟਰ ਵੀ ਲੱਗਾ, ਨੈਵੀਗੇਟਰ ਵੀ ਐਵਰੇਜ 25। ਅੱਛਾ ਹਾਂ ਭਾਜੀ, 25 ਨਹੀਂ ਆਉਂਦੀ, 22 ਐਵਰੇਜ ਹੈਗੀ ਜੇ ਭਾਜੀ, ਭਾਵੇਂ 22 ਦਿੰਦਾ ਕਲੇਮ ਤੇ 25 ਕਰਦੇ ਆ ਨਾ। ਹੋਰ ਸੁਣ, ਤੈਨੂੰ ਪਤਾ ਹੈ ਨਹੀਂ ਯਾਰ, ਚੰਗੀ ਆਪਣੀ BMW ਆ, BMW 5X, ਹਾਂ ਐਵਰੇਜ ਉਹਦੀ ਹੈ 16-17, ਐਵਰੇਜ 16 ਦਿੰਦੀ। ਓਹੋ ਪਾਵਰ ਉਹਦੀ 3500 CC ਹੈ, 3500 ਭਾਜੀ, ਉਹ 3000 CC ਹੈ, 3500 ਨਹੀਂ ਹੈਗੀ ਪਾਵਰ, 3500 ਹੋਵੇ ਭਾਵੇਂ 3000 ਹੋਵੇ, ਤੁਹਾਨੂੰ ਪਤਾ ਨਹੀਂ, ਐਵੇਂ ਵਿੱਚ ਬੋਲੀ ਜਾਂਦੇ। ਤੈਨੂੰ ਪਤਾ ਨਹੀਂ ਹੁੰਦਾ, ਲੈਕਸਸ 350 ਆਇਆ, ਓਏ ਕੀ ਬਾਤ ਆ, ਮੁੰਡਾ ਇਹ ਨਾਲ ਉਹ ਦੱਸਦਾ ਵਾਹ, ਲੈਕਸਸ ਦੀ ਗੱਲ ਹੀ ਕਿਆ, 350 ਦਾ ਜੇ ਗੱਡੀ ਲੈਣੀ ਹੈ। ਹਾਂ ਹਮਰ ਲੋ ਹਮਰ, ਜੈਜੀ ਕੋਲ ਵੀ ਆਪਣੇ ਹੈਗੀ ਆ, ਭਾਜੀ ਕੋਲ ਹੈਗੀ ਕ੍ਰਿਕਟ ਵਾਲੇ ਕੋਲ ਯਾਰ। ਭਾਜੀ ਇੱਕ ਮਿੰਟ ਮੈਂ ਬੋਲਾਂ, ਹਮਰ ਇੰਡੀਆ ਜਾ ਹੀ ਨਹੀਂ ਸਕਦਾ, ਨਹੀਂ ਆਪ ਜਾਂਦੀ ਹੈ, ਪਰ ਗੱਲ ਇਹ ਲੈਣ ਦਾ ਫਾਇਦਾ ਕਿ ਤੇਲ ਬਹੁਤ ਖਾਂਦੀ ਹੈ, ਤੇਲ ਖਾਂਦੀ ਹੈ, ਜਿਹੜਾ ਪੈਸਾ ਦਿੱਤਾ ਪਰਮਾਤਮਾ ਨੇ, ਫਿਰ ਤੇਲ ਦਾ ਕੀ ਚੱਕਰ ਹੈ, ਆਹੋ ਟੋਰ ਤੇ ਬਣਾਉਣੀ ਹੈ, 8 ਹਵਰ ਦਿੰਦੀ ਹੈ ਨਾ, 8 ਹਵਰ ਦਿੰਦੀ ਹੈ ਨਾ ਭਾਜੀ, ਹਾਂਜੀ ਹਾਂਜੀ, ਫੇਰ ਯਾਰ ਜੇ ਬੰਦੇ ਨੇ ਪੰਗਾ ਲਾਣੀ, ਖਰਚੇ ਦੀ ਪਰਵਾਹ ਕਰਨੀ, ਇਹ ਗੱਲ ਤਾਂ ਮੰਨਦੇ ਆ, ਪਰ ਅੱਜ ਕੱਲ ਤੇ ਮਰਸੀਡੀ ਬਹੁਤ ਚੱਲਦੀ ਹੈ, ਓ ਮਰਸੀਡੀ ਦੀ ਕਿਤੇ ਰਾਈਡ ਲਵੇ ਨਾ, ਓ ਮਰਸੀਡੀ ਪਤਾ ਕੀ ਹੁਣ ਪੁਰਾਣਾ ਰਿਵਾਜ ਹੋ ਗਿਆ, ਕਿਉਂ ਬਹੁਤ ਜਿਆਦਾ ਲੋਕੀ ਜਿਹੜਾ ਕਹਿੰਦਾ ਮੈਂ ਮਸੜੀ ਹੈਗੀ, ਮੇਰੇ ਕੋਲ ਮਸੜੀ ਹੈਗੀ, ਗੱਡੀ ਲੈਣੀ ਹੈ ਨਾ, ਤੈਨੂੰ ਸਹੀ ਗੱਲ ਦੱਸਾਂ, ਮਰੂਤੀ ਦੀ ਗੱਡੀ ਜਿਹੜੀ ਮਰਜ਼ੀ ਲੈ ਲਓ, ਉਹਦਾ ਪਤਾ ਕੀ ਹੁੰਦਾ, ਮਰੂਤੀ ਦੀ ਗੱਡੀ ਸਰਵਿਸ ਮਿਲ ਜਾਂਦੀ ਹੈ, ਉਹਦਾ ਖਰਚਾ ਵੀ ਨਹੀਂ ਹੈਗਾ, ਰਿਪੇਅਰ ਵੀ ਰਿਪੇਅਰ ਦੀ ਬਹੁਤੀ ਪ੍ਰੋਬਲਮ ਹੈ ਨਹੀਂ, ਖਰਚਾ ਵੀ ਭਾਜੀ ਹੈ ਨਹੀਂ ਨਾ, ਇਹਦਾ ਜ਼ਮਾਨਾ ਗਿਆ ਮਰੂਤੀ ਦਾ, ਜੋ ਮਸਤੀ ਦਾ ਨਾ ਉਹ ਮਸਤੀ ਸੀ ਹੈ, ਵਾਕਈ ਗੱਲ ਸਹੀ ਆ, ਭੋਲੇ ਪਤਾ ਕੀ ਚੱਕਰ ਹੈਗਾ, ਗੱਡੀ ਉਹ ਲੋ ਜਿਹੜੀ ਕੰਫਰਟੇਬਲ ਹੋਵੇ, ਅੱਗੇ ਲੈਗ ਸਪੇਸ ਹੋਵੇ, ਪੈਰ ਹੀ ਫਸੇ ਰਹਿਣ ਕੀ ਫਾਇਦਾ, ਪੈਰ ਹੀ ਥੱਕੇ ਰਹਿਣ, ਉਹਦਾ ਕੀ ਫਾਇਦਾ, ਵੈਸੇ ਇੱਕ ਗੱਲ ਆ, ਮਰਸੀਡੀ ਜੇ 5 ਬੰਦੇ 7 ਵੀ ਬਹਿ ਜਾਣ, ਇਕੜਾ ਬਾਹਰ ਦੀ ਕੰਟਰੀ ਹੈ, ਪਰ ਮਰਸੀਡੀ ਭਾਜੀ ਚਲਾਨ ਹੋ ਜਾਂਦਾ ਜੀ, ਜੇ 7 ਬੰਦੇ ਬਹਿ ਨਾ ਚਲਾਨ ਹੋ ਜਾਂਦਾ ਜੀ, ਭਾਜੀ ਮਸਤੀ ਦੇ ਅੱਗੇ ਬਹਿ ਲੱਗੇ ਆ, ਲੈ ਛੱਡ ਦੂ ਯਾਰ, ਮੈਨੂੰ ਪਤਾ ਕੀ ਆ, ਬਿਲ ਦੇ ਯਾਰ ਚਲੀਏ, ਆ ਰੋਟੀ ਭਾਜੀ, ਵੈਸੇ ਤੁਹਾਡੇ ਕੋਲ ਕਿਹੜੀ ਗੱਡੀ ਆ, ਮੇਰੇ ਕੋਲ ਜੀ ਵੈਗਨ ਆਰ ਹੈ ਜੀ, ਓਕੇ ਭਾਜੀ ਫਿਰ ਚੰਗਾ, ਸ਼ਗਰ ਕਹਿੰਦੀ ਏ ਚਿੱਤਰੀ ਪੈ ਗਈ ਕੇਲੇ ਨੂੰ ਰੰਨਾ।